ਸੰਗਤ ਜੀ ਸਾਨੂੰ ਨਾ ਬਹੁਤ ਲੋਕ ਪੁੱਛਦੇ ਆ ਕਿ ਅਸੀਂ ਪੀਜੀਆਈ ਐਮਰਜੈਂਸੀ ਲੰਗਰ ਕਿਉਂ ਲਾਉਂਦੇ ਕੀ ਕਰਦੇ ਆ ਨਾ ਕਿੰਨੇ ਸਾਲ ਹੋ ਗਏ ਪੀਜੀਆਈ ਆਏ ਹੋਏ 12 ਸਾਲ ਹੋ ਗਏ ਕਿੱਥੋਂ ਆਏ ਸੀਗੇ ਮੈਂ ਬਿਹਾਰ ਸੇ ਆਇਆ ਬਿਹਾਰ ਸੇ ਆਇਆ ਸੀ ਹੁਣ ਪੰਜਾਬ ਚ ਤਾਂ ਆਪਣੇ ਮੁੰਡੇ ਕੇਸ ਕਤਲ ਕਰੀ ਜਾਂਦੇ ਆ ਨਾ ਪੜਾਈ ਜਾਂਦੇ ਰਹੇ ਹਨਾ ਪੰਜਾਬੀ ਗਾਣਿਆਂ ਦੇ ਨਾ ਸੋ ਕਾਲ ਚੱਕਵੇਂ ਗਾਣਿਆਂ ਦਾ ਇਨਫਲੂਐਂਸ ਬਹੁਤ ਆ ਹਨਾ ਤੇ ਬਿਹਾਰ ਤੋਂ ਆ ਕੇ ਸਿੱਖੀ ਸਰੂਪ ਪੂਰਾ ਅਪਣਾ ਕੇ ਹਨਾ ਕਰਤਾਪੁਰ ਨਿਵਾਸ ਉੱਤੇ ਹੀ ਗੁਰੂ ਘਰ ਬੜੀ ਸੇਵਾ ਕੀਤੀ ਤੁਸੀਂ ਹੈ ਨਾ 60 ਸਾਲ ਉਹਦਾ ਤੇ ਇੱਧਰ ਪੀਜੀਆਈ ਗੁਰਦੁਆਰੇ ਬੜੀ ਸੇਵਾ ਕੀਤੀ ਉਹਦਾ ਕਈ ਸਾਲ ਹਨ ਪੀਜੀਆਈ ਗੁਰਦੁਆਰੇ ਦਾ ਆਧਾਰ ਕਾਰਡ ਵੀ ਉੱਥੇ ਦਾ ਹੀ ਆ ਕਿੰਨੇ ਸਾਲ ਹੋ ਗਏ ਇੱਥੇ ਆਏ ਹੋਏ ਪੰਜਾਬ 12 ਸਾਲ ਹੋ ਗਏ ਇਹੋ ਜੀ ਜਗ੍ਹਾ ਦੇਖੀ ਕਿਤੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਐਸਾ ਸਟੇਟ ਨਹੀਂ ਕਹਾਂ ਦਵਾਈ ਕਪੜਾ ਖਾਣਾ ਹਰ ਗਰੀਬ ਕੋ ਇੱਕ ਹਮਕੋ ਨਹੀਂ ਹਮਾਰੇ ਜੈਸਾ ਲੱਖੋ ਕੋ पीजीआई में मेडिसिन से लेकर दवाई से लेकर ऑपरेशन से लेकर हर चीज का मदद ऐसे पूरे भारत में ऐसा कोई स्टेट नहीं है इसीलिए हमने अपने मन में बना लिया कि हमने पंजाब छोड़ के चंडीगढ़ छोड़ के आपस कहीं नहीं जाना यहीं जो गुरु का चरणों में अपने सिर झुकाए रखना है जो करेंगे गुरु अच्छा करेंगे ये श्रद्धा है ना ये भाव दे नाल गुरु दे लड़ लगे है ना ਹੁਣ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਆਪਾਂ ਕਿੱਥੇ ਖੜੇ ਆ ਨਾ ਜਿਸ ਚੀਜ਼ ਦੀ ਸੌਖੀ ਮਿਲੀ ਹੁੰਦੀ ਹੈ ਉਹਦੀ ਕਦਰ ਨਹੀਂ ਹੁੰਦੀ ਭੁੱਲ ਜਾਂਦੇ ਹਾਂ ਕਿੱਡੇ ਕਿੰਨੇ ਸੀਸ ਦੇ ਕੇ ਸਿੱਖੀ ਮਿਲੀ ਹੈ ਨਾ ਭੁੱਲ ਚੁੱਕੇ ਹਾਂ ਆਪਾਂ ਇਹਨਾਂ ਵੀਰਾਂ ਨੂੰ ਦੇਖ ਕੇ ਯਾਦ ਆਉਂਦਾ ਮੈਂ ਦੁਬਾਰਾ ਪੁੱਛਣਾ ਕਿ ਕਿੰਨੇ ਸਾਲ ਹੋ ਗਏ 12 ਸਾਲ 12 ਸਾਲ ਹੋ ਗਏ ਆ ਕੇ ਹੈ ਨਾ ਮੇਰੇ ਬੱਚੇ ਫੈਮਿਲੀ ਸਭ ਇੱਥੇ ਹੀ ਹੈ ਨਾ ਔਰ ਸੱਚੀ ਅਸਾ ਤੁਸੀਂ ਲੰਗਰ ਦੀ ਲਾਈਨਾਂ ਦੇਖੋ ਪਿੱਛੇ ਲੱਗੀਆਂ ਹੋਈਆਂ ਹੁਣ ਇੱਕ ਤੋਂ ਬਾਅਦ ਇੱਥੇ ਗੱਡੀਆਂ ਆਈ ਜਾਣੀਆਂ ਲੰਗਰ ਦੀਆਂ ਸਵੇਰ ਦੇ ਹਲੇ 6:30 ਵਜੇ ਆ ਤੇ ਅਗਲੇ 9, 10, 11, 12, 1 ਵਜੇ ਲੰਗਰ ਦੀ ਗੱਡੀਆਂ ਆਈ ਜਾਣੀਆਂ ਇਹ ਪੰਜਾਬ ਹੈ ਇੱਥੇ ਨਹੀਂ ਕੋਈ ਭੁੱਖਾ ਮਰਦਾ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੇ ਮੈਸੇਜ ਆਫ ਵਨਨੈਸ ਹੈ ਨਾ ਉਸ ਨੂੰ ਸਪਰੈਡ ਕਰਨਾ ਅਸੀਂ ਜ਼ਰੂਰ ਵੀਡੀਓ ਸ਼ੇਅਰ ਕਰਿਓ ਜੇ ਵਿਚਾਰ ਸਾਂਝੇ ਲੱਗੇ ਹੈ ਨਾ ਚੰਗੇ ਲੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ